ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਤਰੀਕ 22 ਤਰੀਕ 6ਵਾਂ ਮਹੀਨਾ 2023 ਅਤੇ ਨਵੀਂ ਵੀਡੀਓ ਅਤੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅਤੇ ਆਪਾਂ ਆਏ ਸੀਗੇ ਬਾਬੇ ਦੇ ਮੱਥਾ ਟੇਕਣ, ਪੀਰਾਂ ਦੀ ਜਗ੍ਹਾ ਇੱਕ ਪਾਸੇ ਅਤੇ ਦੂਜੇ ਪਾਸੇ ਚੱਲ ਰਹੀ ਸੀ ਮਸ਼ੀਨ ਹਰਵਿੰਦਰਾ ਮਸ਼ੀਨ ਆ 986। ਅਤੇ ਬਾਕੀ ਇੰਡੀਅਨ ਨੰਬਰ 1 ਮਸ਼ੀਨਾਂ ਸਾਰਾ ਕੁਛ ਓਕੇ ਰਿਪੋਰਟ ਤੁਸੀਂ ਦੇਖ ਸਕਦੇ ਹੋ। ਬਾਈ ਉਹਨਾਂ ਦੀ ਮਸ਼ੀਨ ਆਪਣੇ ਯਾਰ ਦੋਸਤਾਂ ਦੀ ਮਸ਼ੀਨ। ਦੇਖੋ ਜੀ, ਜੇ ਮਸ਼ੀਨ ਮਤਲਬ ਮਸ਼ੀਨ ਵਾਲਾ ਕੰਮ ਵੀ ਆ ਤਾਂ ਲੇਬਰ ਦੇ ਬੰਦੇ ਵੱਧ ਹੋਣੇ ਚਾਹੀਦੇ ਨੇ, ਆਪਣਾ ਮੇਨ ਟੌਪਿਕ ਇਹੀ ਆ। ਦੇਖੋ ਬੰਦੇ ਕਮ ਸੇ ਕਮ 20-22 ਜਣੇ ਹੈਗੇ ਨੇ ਅਤੇ ਦੋ ਆਪਣੇ ਮਸ਼ੀਨ ਵਾਲੇ ਭਰਾ ਦੇ। ਆਹ ਇੱਕ ਪਾਸੇ ਆਪਣਾ ਟਰੈਕਟਰ ਚੱਲ ਰਿਹਾ, ਅਤੇ ਆਹ ਜਿਹੜਾ ਸਰਦਾਰ ਭਾਈ ਖੜਾ ਇਹਦੀ ਮਸ਼ੀਨ ਹੈ ਜੀ ਹਰਵਿੰਦਰਾ ਮਸ਼ੀਨ 986। ਅਤੇ ਮੀਂਹ ਦੇ ਪੈਣ ਦੇ ਕਾਰਨ ਛੱਲੀਆਂ ਦੇ ਗੁੱਲੇ ਲਗਭਗ ਮੱਕੀ ਦਾ ਬੀਜ ਖਰਾਬ ਹੋ ਗਿਆ, ਪੱਲੇ ਪੈਂਦਾ ਤਾਂ ਉਹੀ ਸਹੀ, ਅਤੇ ਆਪਣੇ ਕਿਸਾਨ ਭਰਾਵਾਂ ਦੇ ਜਿਹੜਾ ਵੀ ਪੱਲੇ ਪੈਂਦਾ ਉਹੀ ਸਹੀ। ਅਤੇ ਨਸਰਾਲੀ ਦੀ ਮਸ਼ੀਨ ਆ ਨਾ, ਨਸਰਾਲੀ ਬਾਈ ਲੱਖੀ ਬੜਾ ਭਾਈ ਆ ਅਤੇ ਸਿੰਦੇ ਉਹਨਾਂ ਦੀ ਮਸ਼ੀਨ ਵੱਜਦੀ ਆ ਜੀ ਨਸਰਾਲੀ ਵਾਲਿਆਂ ਦੀ। ਹੁਣ ਤਾਂ ਕੱਦੂਆਂ ਦਾ ਵੀ ਟਾਈਮ ਸ਼ੁਰੂ ਹੋ ਗਿਆ ਨਾ, ਇੱਕ ਖੇਤ ਰਹਿ ਗਿਆ ਤੇਲਾ। ਲੰਬੜਦਾਰ ਜਾਏ ਕੰਮ ਪਾ, ਫਿਰ ਜਾਓ ਕੰਮ ਨਾ ਕਰ ਪਾਓ, ਮੱਟੀ ਗੱਡੀ ਕਰਨ ਲੱਗੇ। ਉਹ ਗਰਮੀ ਬਹੁਤ ਆ, ਗਰਮੀ ਕਰਕੇ ਥੱਕ ਜਾਂਦੇ ਆ, ਘੰਟਾ ਹੋ ਗਿਆ ਨਾ। ਗਰਮੀ ਬਹੁਤ ਹੈ ਨਾ ਭਈਆ, ਗਰਮੀ ਬਹੁਤ ਹੈ। ਕੱਲ ਵੀ ਸੜੀ ਜਾਂਦਾ, ਪਾਣੀ ਪੂਣੀ ਹੈ ਪਾਸ ਮੈਂ ਬੋਤਲ ਮਾਲ ਆਪਣੇ ਆਪ ਕੁਝ ਪੱਤਣ ਆਏਗੇ ਭਾਈ, ਚਲੋ ਚਲੋ ਠੀਕ ਹੈ ਸਾਰਾ ਕੁਝ ਤੁਹਾਨੂੰ।
ਟਰਾਲੀ ਉਹ ਭਰਾ ਲੈਣੀ ਸੀਗੀ ਮੇਰੇ ਟਰਾਲੀ ਜੇ ਪਵਾ ਲੈਣੀ ਸੀਗੀ ਹਲੇ ਖਰਾਬ ਨਹੀਂ ਹੋਣੀ ਛੱਡੀ ਨਹੀਂ ਹੁਣ ਵੀ ਨਹੀਂ ਖਰਾਬ ਹੋਈ ਨਹੀਂ ਰਾਣੋ ਕੱਢ ਕੇ ਆਏ ਸੀਗੇ ਮਾਈ ਦੱਸਾ ਜੀ ਇਹਨੂੰ ਪਤਾ ਹੈ ਗਾਰਾ ਹੁਣ ਤੋਂ ਮੀਂਹ ਪੈ ਜਾਂਦੇ ਤੇ ਕੀ ਲੱਗੀ ਇਹਦਾ ਹੁਣ ਹੱਲ ਨਹੀਂ ਸਲਾਬ ਆ ਗਈ ਥੱਲੇ ਉਹ ਜੀ ਗੁੱਲਿਆਂ ਨੂੰ ਸਲਾਬ ਆ ਗਈ ਨਹੀਂ ਲਾ ਲਿਆ ਉਹ ਟਰਾਲੀ ਲਾ ਕੇ ਜਿਵੇਂ ਮੀਂਹ ਲਾਣੀ ਚੜ ਪਈ ਟਰਾਲੀ ਭਰੀ ਉਹ ਹੁਣ ਇਹਨੂੰ ਕੱਟੀ ਕਰਕੇ ਬਰਸਾਤ ਦਾ ਮੌਸਮ ਆ ਖੁੱਲ੍ਹਾ ਹੀ ਕਿਤੇ ਸਹੀ ਗੱਲ ਹੈ ਜੀ ਨਸਰਾਲੀ ਦੀ ਮਸ਼ੀਨ ਹੈ ਜੀ ਅੱਛਾ ਘਰੋਂ ਚੱਕ ਲਿਆ ਉਹ ਬਾਲਟੀ ਚੱਕ ਲਿਆ ਨਹੀਂ ਲਾਈਟ ਤਾਂ ਆਈ ਨੀ ਸੀ ਹਜੇ ਆਪਾਂ ਇੱਥੇ ਬਾਬੇ ਦੇ ਬੈਠੇ ਤਾਂ ਸੀਗੇ ਲਾਈਟ ਨੀ ਆਈ ਹਜੇ ਆਹ ਮੀਂਹ ਨੇ ਤਾਂ ਤਸੱਲੀਆਂ ਕਰਾਤੀਆਂ ਜੀ ਸਾਰੇ ਪਾਸੇ ਲਓ ਜੀ ਤੁਸੀਂ ਦੇਖ ਸਕਦੇ ਹੋ ਦਾਣਾ ਕੋਈ ਵੀ ਨਹੀਂ ਹੈਗਾ ਪਿੱਛੇ ਬਿਲਕੁਲ ਓਕੇ ਰਿਪੋਰਟ ਆ ਸਾਰਾ ਕੁਛ ਓਕੇ ਆ ਜੀ ਸਫਾਈ ਪੂਰੀ ਫੁੱਲ ਆ ਨੰਬਰ 1 ਮਸ਼ੀਨ ਹੈ ਜੀ ਮਸ਼ੀਨ ਚੱਲ ਰਹੀ ਹੈ ਜੀ ਪਿੰਡ ਲੂਣਾ ਤੁਲੇ ਤਾਂ ਦੇਖ ਸਕਦੇ ਹੋ ਮੀਂਹ ਦੇ ਪੈਣ ਦੇ ਕਾਰਨ ਇਸ ਕਰਕੇ ਮਤਲਬ ਗੁੱਲਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਹਜੇ ਸਲਾਬ ਜੀ ਆ ਇਸ ਕਰਕੇ ਅਤੇ ਦੇਖੋ ਕਾਲਸ ਦੇ ਉੱਤੇ ਆ ਗਈ ਛੱਲੀ ਨਹੀਂ ਕਿਸੇ ਟਾਈਮ ਇਹ ਬੂਝਾ ਸਾਰਾ ਬਿਲਕੁਲ ਚਿੱਟਾ ਸੀਗਾ ਇੱਧਰਲੇ ਸ਼ਾਇਦ ਮੇਰੇ ਖਿਆਲ ਨਾਲ 2-3 ਕਿੱਲੇ ਚੱਕ ਤੇ ਇੱਧਰਲਾ 2 ਕਿੱਲੇ ਰਹਿੰਦੇ ਨੇ ਬਿੱਟੂ ਉਹ ਬਾਲਾ ਗਲਾਸ ਧੋਈ ਨਾ ਜਾਓ ਪੀ ਲਓ ਡੋਲੇ ਕਹਿੰਦੇ ਹੋ ਗਰਮੀ ਹੈ ਬਹੁਤ ਆ ਫਿਲਟਰ ਵਾਲੇ ਸਟਾਰਟ ਹੋਣ ਬਾਈ ਉਹਨੂੰ ਥੱਕ ਗਏ ਸੀਗੇ ਪਾਣੀ ਪੂਣੀ ਲਿਆਂਦਾ ਬਰਫ਼ ਪਾ ਕੇ ਅਤੇ ਫਿਰ ਤੋਂ ਕੰਮ ਸਟਾਰਟ ਕਰਤਾ ਮੱਕੀ ਦਾ ਕੰਮ ਬਾਈ ਪੰਜਾਬ ਦੇ ਵਿੱਚ ਮੱਕੀ ਦਾ ਸੀਜ਼ਨ ਆ
22 ਤਰੀਕ ਸ਼ਿਮਾ ਮਹੀਨਾ 2023 ਅੱਜ ਤਰੀਕ ਆ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ।